ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਬਕਾ ਸਰਪੰਚ ਮੁਖਤਿਆਰ ਸਿੰਘ ਨਵਾਂ ਪਿੰਡ ਖਾੜੇਵਾਲ ਤੋਂ ਬੋਲ ਰਿਹਾ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ। ਉਹ ਸਰਕਾਰ ਨੇ ਪਿੰਡ ਵਾਲਿਆਂ ਨੇ ਮੈਨੂੰ ਦੋ ਵਾਰੀ ਮੌਕਾ ਦਿੱਤਾ ਸਰਪੰਚ ਬਣਨ ਦਾ। 5 ਸਾਲ ਮੈਂ ਰਿਹਾ, 5 ਸਾਲ ਮੇਰੇ ਘਰ ਵਾਲੀ ਰਹੀ ਹੈ। ਤਾਂ ਚਲੋ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ। ਉਹ ਪਿੰਡ ਦੇ ਵਿੱਚ ਜਿੰਨੇ ਕੰਮ ਸੀ, ਗਲੀਆਂ ਨਾਲੀਆਂ ਸੀ, ਪਿੰਡ ਦਾ ਜਿਮ ਸੀ, ਸ਼ਮਸ਼ਾਨ ਘਾਟ ਸੀਗਾ, 1-2 ਕਿਲੋਮੀਟਰ ਦੀ ਸੜਕ ਸੀ ਪਿੰਡ ਨਵਾਂ ਪਿੰਡ ਖਾੜੇਵਾਲ ਤੋਂ ਰਾਈਵਾਲ ਨੂੰ ਜਾ ਰਹੀ, ਉਹ ਬਣਾਇਆ ਅਸੀਂ। ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨਾਲ ਹੋਇਆ, ਪਹਿਲਾਂ ਮੈਂ ਇਹ ਕਹੂੰਗਾ ਜੋ ਇਹ ਹੋਇਆ ਸਰਕਾਰ ਨੇ ਹੀ ਕੀਤਾ ਹੈ ਕਿ ਕਿਤੇ ਇੱਥੇ ਬਾਰਿਸ਼ ਨਹੀਂ ਪਈ, ਕੁਛ ਨਹੀਂ ਹੋਇਆ। ਪਾਣੀ ਕਹਿੰਦੇ 87 ਫੁੱਟ 1700 ਕਿੰਨਾ 86 ਫੁੱਟ ਕਿੰਨਾ ਹੋ ਗਿਆ, ਇਹ ਪਾਣੀ ਕਿੱਦਾਂ ਇੰਨਾ ਹੋ ਗਿਆ, ਇਹਨਾਂ ਪਾਣੀ ਇਹਨਾਂ ਜਮ੍ਹਾਂ ਕੀਤਾ ਤਾਂ ਕਿਉਂ ਕੀਤਾ, ਜੇ ਹੋਇਆ ਤਾਂ ਲੋਕਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ। ਕਿਉਂ ਇਹ ਰਾਤ ਦੋਨਾਂ ਦੇ ਵਿੱਚ ਇੰਨਾ ਪਾਣੀ ਨਹੀਂ ਜਮ੍ਹਾਂ ਹੋ ਸਕਦਾ ਸੀ ਜਿਹੜਾ ਕਿ ਸਰਕਾਰ ਨੇ ਛੱਡਿਆ। ਜੋ ਛੱਡਿਆ ਤਾਂ ਬੰਨ੍ਹ ਟੁੱਟਿਆ, ਸਰਕਾਰ ਨੇ ਅਜੇ ਤੱਕ ਕਿਸੇ ਦੀ ਸਾਰ ਨਹੀਂ ਲਈ। ਜੋ ਦੁਨੀਆ ਸੀਗੀ, ਭਰਾਵਾਂ ਨੇ ਇੱਕ ਦੂਜੇ ਦਾ ਜੋ ਵੀ ਸੀਗਾ ਵੀ ਸਾਥ ਦਿੱਤਾ, ਲਾ ਕੇ ਰੋਟੀ ਪਾਣੀ ਪਸ਼ੂਆਂ ਵਾਸਤੇ ਪੱਠੇ, ਜ਼ਿਮੀਂਦਾਰਾਂ ਵਾਸਤੇ ਬੀਜ ਮੁਹੱਈਆ ਕੀਤਾ, ਉਹ ਸਰਕਾਰ ਨੇ ਕੁਝ ਕੀਤਾ ਅਤੇ ਕੁਝ ਬਾਕੀ ਜਾਣ ਨੇ ਕੀਤਾ। ਖਾ ਜਿਹੜੀ ਉਹ ਲੋਕਾਂ ਨੇ ਦਿੱਤੀ, ਲੋਕਾਂ ਨੂੰ ਸਰਕਾਰ ਨੇ ਕੁਛ ਨਹੀਂ ਹੁਣ ਤੱਕ ਦਿੱਤਾ। ਅਤੇ ਉਹ ਬੰਨ੍ਹ ਜਿਹੜਾ ਸੀ ਸੀਚੇਵਾਲ ਵਾਲੇ ਬਾਬੇ ਨੇ ਬਣਾਇਆ, ਸਰਕਾਰ ਨੇ ਇੱਥੇ ਕੁਛ ਨਹੀਂ ਕੀਤਾ। ਇਹ ਕਰ ਰਹੀ ਆ, ਬਾਅਦ 'ਚ ਇਹਨਾਂ ਨੇ ਠੇਕੇ ਦਿੱਤੇ, ਦੋਨਾਂ ਲਿਆ ਕੇ ਰੇਤਾ ਪਾਈ ਜਾਂਦੇ ਆ, ਜਿਹੜਾ ਕਿ ਬੰਨ੍ਹ ਅਗਲੇ ਸਾਲ ਫਿਰ ਟੁੱਟੂਗਾ। ਤੋ ਜਿਹੜਾ ਗਿੱਦੜ ਪਿੰਡੀ ਵਾਲਾ ਪੁਲ ਹੈਗਾ ਉਹ ਮਿੱਟੀ ਦੇ ਨਾਲ ਭਰਿਆ ਪਿਆ ਸਾਰਾ, ਉਹਦੀਆਂ ਕੈਂਚੀਆਂ ਜਿਹੜੀਆਂ ਆ ਉਹ ਮਿੱਟੀ ਦੇ ਨਾਲ ਲੱਗੀਆਂ ਹੋਈਆਂ। ਜਿਹੜਾ ਕੋਈ 1.5 ਜਾਂ 2 ਖੀਆਂ ਚੱਲਦੀਆਂ ਉਹਦੇ ਵਿੱਚ ਦੀ ਪਾਣੀ ਨਹੀਂ ਰੰਗਦਾ, ਬਾਕੀ ਦੇ ਵਿੱਚ ਬੂਟੀ ਲੱਗ ਜਾਂਦੀ ਆ। ਜੋ ਬੂਟੀ ਲੱਗ ਜਾਂਦੀ ਆ, ਤੁਹਾਨੂੰ ਪਤਾ ਜਦੋਂ ਪਿੱਛੋਂ ਪਾਣੀ ਇੰਨਾ ਛੱਡਦੇ ਆ ਉਹ ਸਾਰਾ ਫਿਰ ਬੰਨ੍ਹਾਂ ਦੇ ਉੱਪਰ ਹੀ ਹੋ ਕੇ ਬੰਨ੍ਹ ਟੁੱਟ ਜਾਂਦਾ ਅਤੇ ਬਹੁਤ ਨੁਕਸਾਨ ਹੋਇਆ। ਲੋਕ ਸਾਰੇ ਭਿਖਾਰੀ ਬਣ ਗਏ ਆ ਕਿ ਹੁਣ ਦੇਖ ਲਓ ਲੋਕਾਂ ਦੇ ਕੋਠਿਆਂ ਦੇ 10-10 ਫੁੱਟ ਪਾਣੀ ਸੀਗਾ, ਕਿਸੇ ਦੀ ਫਸਲ ਨਹੀਂ ਰਹੀ, ਕਿਸੇ ਦਾ ਕੁਛ ਨਹੀਂ ਰਿਹਾ। ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ, ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਬੰਨ੍ਹ ਆ ਇਹ ਉੱਚਾ ਕਰਵਾਇਆ ਜਾਵੇ, ਇਹਨੂੰ ਚੌੜਾ ਕਰਵਾਇਆ ਜਾਵੇ। ਅਤੇ ਜੇ ਸੈਂਟਰ ਸਰਕਾਰ ਆ ਉਹ ਜਾਂ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇਵੇ ਜਾਂ ਆਪ ਕਰੇ ਗਿੱਦੜਵਾੜੀ ਗਿੱਦੜ ਪੰਡੀ ਵਾਲਾ ਜਿਹੜਾ ਪੁਲ ਵਾ ਉੱਥੋਂ ਮਿੱਟੀ ਕਢਾਈ ਜਾਵੇ, ਨਹੀਂ ਤਾਂ ਬੰਨ੍ਹ ਅਗਲੇ ਸਾਰ ਟੁੱਟੂਗਾ। ਇਹ ਜੇ ਬੰਨ੍ਹ ਦੀ ਗੱਲ ਕਰੀਏ, ਜੇ ਸਾਡੀ ਜ਼ਮੀਨ ਹੀ ਬੰਨ੍ਹ ਦੇ ਲਾਗੇ ਲੱਗਦੀ ਆ, ਕਿਉਂ ਜਦੋਂ ਵੀ ਪਾਣੀ ਆਉਂਦਾ ਲੋਕ ਇਹ 'ਤੇ ਮਿੱਟੀ ਪਾਉਂਦੇ ਆ। ਜਦਕਿ ਇਹਦਾ ਕੋਈ ਸਰਕਾਰ ਬਜਟ ਰੱਖਦੀ ਹੋਊਗੀ ਬੰਨ੍ਹ 'ਤੇ ਮਿੱਟੀ ਪਾਉਣ ਵਾਸਤੇ, ਇੱਥੇ ਕੋਈ ਬੰਦਾ ਮਿੱਟੀ ਪਾਉਂਦਾ ਅਸੀਂ ਅੱਜ ਤੱਕ ਨਹੀਂ ਦੇਖਿਆ। ਜਿਉਂ ਬੰਨ੍ਹ ਵੱਜ ਗਿਆ ਮੁੜ ਕੇ ਇੱਥੇ ਕਿਸੇ ਨੇ ਮਿੱਟੀ ਨਹੀਂ ਪਾਈ, ਅਤੇ ਬੰਨ੍ਹ ਨੇ ਤਾਂ ਟੁੱਟਣਾ ਹੀ ਹੈ। ਪਰ ਸਰਕਾਰ ਨੂੰ ਚਾਹੀਦਾ ਕਿ ਹਰ ਸਾਲ ਦੀ ਸਾਲ ਬੰਨ੍ਹ ਮਜ਼ਬੂਤ ਕਰੇ। ਜਦੋਂ ਪਾਣੀ ਛੱਡਦੇ ਆ ਉਦੋਂ DC ਬੰਨ੍ਹਾਂ 'ਤੇ ਭੱਜੇ ਫਿਰਦੇ ਆ। ਦੱਸੋ ਵੀ DC ਬੰਨ੍ਹਾਂ ਨੂੰ ਕੀ ਕਰ ਦੇਣਗੇ ਉਦੋਂ ਮੌਕੇ ਦੇ ਉੱਤੇ? ਲੋਕਾਂ ਨੂੰ ਕਹਿੰਦੇ ਫਿਰਦੇ ਵੀ ਚਲੋ ਬੰਨ੍ਹਾਂ 'ਤੇ, ਦੱਸੋ ਮੌਕੇ 'ਤੇ ਹੁਣ ਬੰਨ੍ਹ ਨੂੰ ਕੀ ਕਰ ਦਿਆਂਗੇ? ਬੰਨ੍ਹ ਨੇ ਤਾਂ ਟੁੱਟਣਾ ਹੀ ਆ। ਮਿੱਟੀ ਇੱਥੇ 40-45 ਸਾਲ ਹੋ ਗਿਆ ਬੰਨ੍ਹ ਬਣੇ ਨੂੰ, ਇੱਥੇ ਕੋਈ ਕਿਸੇ ਨੇ ਮਿੱਟੀ ਨਹੀਂ ਪਾਈ। ਜਿੱਦਾਂ ਦਾ ਬੰਨ੍ਹ ਸੀਗਾ ਉਹ ਢਹਿ ਕੇ ਨੀਵਾਂ ਹੋ ਗਿਆ। ਲੋਕਾਂ ਦਾ ਵੀ ਜਿੱਥੋਂ ਜੀਅ ਕਰਦਾ ਚੜ੍ਹ ਜਾਂਦੇ ਆ, ਜਿੱਥੋਂ ਜੀਅ ਕਰਦਾ ਉਤਰ ਜਾਂਦੇ, ਨਾ ਇੱਥੇ ਕੋਈ ਰੋਕ ਟੋਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।